ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋ? ਮੈਂ ਜਲਾਲਾਬਾਦ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਵਾਸਤੇ ਵੋਟਾਂ ਦੀ ਬੇਨਤੀ ਕਰ ਰਿਹਾ, ਘੁੰਮ ਰਿਹਾ ਔਰ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਬੜਾ ਸਵਾਦ ਆ ਰਿਹਾ, ਨਜ਼ਾਰਾ ਆ ਰਿਹਾ। ਜਲਾਲਾਬਾਦ ਸੁਖਬੀਰ ਬਾਦਲ ਦੇ ਸੁਪਨਿਆਂ ਦਾ ਜਲਾਲਾਬਾਦ, ਉਹਨੂੰ ਵੇਖਣ ਦਾ ਨਜ਼ਾਰਾ ਆਇਆ। ਜਦੋਂ ਵੇਖਿਆ ਕਿ ਲੋਕਾਂ ਦੇ ਹਾਲਾਤ ਕਿੰਨੇ ਮਾੜੇ ਆ, ਇੱਥੋਂ ਦੇ ਲੋਕਾਂ ਦੇ ਜਿਹੜੇ ਵਿਚਾਰਿਆਂ ਨੇ 80,000 ਵੋਟਾਂ ਦੇ ਵੱਧ ਫਰਕ ਨਾਲ ਸੁਖਬੀਰ ਸਿੰਘ ਬਾਦਲ ਨੂੰ ਇੱਥੋਂ ਜਿਤਾ ਕੇ ਭੇਜਿਆ, ਜਦੋਂ ਜਿਮਨੀ ਚੋਣ ਲੜੇ ਸਨ ਸੁਖਬੀਰ ਸਿੰਘ ਬਾਦਲ। ਉਸ ਤੋਂ ਬਾਅਦ 3 ਵਾਰੀ ਜਿਤਾਇਆ, ਪਾਰਲੀਮੈਂਟ ਜਿਤਾਇਆ, 2 ਵਾਰ MLA ਜਿਤਾਇਆ, ਲੇਕਿਨ ਜਲਾਲਾਬਾਦ ਦੇ ਲੋਕਾਂ ਨੂੰ, ਵਿਚਾਰਿਆਂ ਨੂੰ ਕੁਛ ਮਿਲਿਆ ਨਹੀਂ। ਲੁੱਟਿਆ ਗਿਆ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ। ਮੈਂ ਪਿੰਡਾਂ 'ਚ ਗਿਆ, ਹੌਸਪੀਟਲਸ ਦੇਖੇ, ਡਿਸਪੈਂਸਰੀਜ਼ ਦੇਖੀਆਂ। ਸਰਕਾਰੀ ਹੌਸਪੀਟਲਸ ਦਾ ਇੰਨਾ ਮਾੜਾ ਹਾਲ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਜਲਾਲਾਬਾਦ ਦਾ। ਸ਼ਰਮ ਆਉਂਦੀ ਹੈ ਮੈਨੂੰ ਕਿ ਇਹੋ ਜਿਹੇ ਲੋਕਾਂ ਨੇ 10 ਸਾਲ ਪੰਜਾਬ ਦੇ ਉੱਤੇ ਰਾਜ ਕੀਤਾ ਅਤੇ ਲੋਕਾਂ ਨੂੰ ਮੂਰਖ ਬਣਾਇਆ। ਨੋ ਕਾਲਜ, ਹਸਪਤਾਲ ਦਾ ਮਾੜਾ ਹਾਲ, ਕੋਈ ਸਰਕਾਰੀ ਬੱਸਾਂ ਨਹੀਂ ਚੱਲਦੀਆਂ, ਕੋਈ ਇੰਡਸਟਰੀ ਨਹੀਂ ਲੈ ਕੇ ਆਏ। ਹਾਂ, ਇੱਥੋਂ ਰੇਤਾ ਜ਼ਰੂਰ ਲੁੱਟ ਕੇ ਲੈ ਗਏ, ਜਿਹੜਾ ਕਿ